حتينا ਵਿਰਾਸਤ ਏ ਟਾਡੀ ਕਲਾ ਜੋ ਹੈ ਮੇਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਤ ਤੁਮ ਹਰ ਜਾਨ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ Thank you.
ਵਿਰਾਸਤ ਏ ਤੁਹਾਡੀ ਕਲਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਸਜ ਬੈਠੇ ਪਵਿੱਤਰ ਆਤਮਾ ਸਤਿਗੁਰੂ ਸਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਆਓ ਸਾਰੇ ਮਿਲ ਕੇ ਕਿਰਤਾਰਤ ਕਰੋ, ਫਤਿਹ ਦਾ ਉੱਤਰ ਦਿਓ, ਕੋਈ ਰਸਲਾ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਦੇਰ ਤੋਂ ਆਪ ਬੈਠ ਰਹੇ ਹੋ, ਸ਼ਾਇਦ ਬੈਠਣ ਵਾਲਿਆਂ ਦਾ ਸਿਦਕਤ ਮਾਣ ਵਾਲੀ ਗੱਲ ਦੱਸਦੀ ਹੈ ਕਿ ਕਿੰਨਾ ਸਮਾਂ ਲਾਣਾ। ਇਸ ਲਈ ਇਸ ਦੁਬਧਾ ਵਿੱਚ ਹੀ ਮੈਂ ਸੰਕੇਤ ਮੰਗਾਂਗਾ ਕਿ ਦੱਸ ਦਿੱਤਾ ਜਾਏ ਕਿ ਕਿੰਨਾ ਸਮਾਂ ਹੁਣ ਅਸੀਂ ਇੱਥੇ ਬੈਠਣਾ ਹੈ। ਸਮਾਂ ਬਖਸ਼ਣ ਦੇ ਸੰਬੰਧ ਵਿੱਚ ਮੈਂ ਧੰਨਵਾਦ ਕਰਦਾ ਕਿ ਸ਼ੇਰ ਨਾਲ ਆਖਰ ਹਮ ਵੀ ਹੈ ਤੇਰੇ ਦੌਰੇ ਸਾਗਰ ਮੈਂ ਸਾਕੀ, ਅਵਲ ਨਹੀਂ ਤੋ ਆਖਰ ਸਹੀ। ਸ਼ਾਇਦ ਸਾਡੇ ਤੋਂ ਬਾਅਦ ਅਰਦਾਸ ਹੋਵੇਗੀ ਕਿਉਂਕਿ ਫਿਰ ਰਹਿਰਾਸ ਦੇ ਪਾਠ ਦਾ ਵਕਤ ਹੋ ਜਾਣਾ, ਕੁਝ ਬਾਅਦ ਤੇ ਫਿਰ ਦੀਵਾਨ ਸਜ ਸਕਦਾ, ਪਰ ਹੁਣ ਤੇ ਇਸ ਦੀ ਕੋਈ ਇਸ ਤੋਂ ਅੱਗੇ ਸੰਭਾਵਨਾ ਨਹੀਂ। ਕੀਰਤਨ ਦੀ ਭੇਟਾ ਕਹਾਂ ਤੇ ਗੁਸਤਾਖੀ ਹੋਵੇਗੀ ਮੇਰੇ ਵੀਰ ਗੁਰਦੇਵ ਸਿੰਘ ਜੀ ਢਾਡੀ ਜਥਾ ਸਰਪੰਚ ਲੱਖਪੁਰ ਵਾਲੇ ਬੇਅੰਤ ਮਾਇਆ ਦਸ ਨੰਬੜੇ ਹਾਜ਼ਰ ਕਰ ਗਏ ਨੇ ਗੁਰਦੁਆਰਾ ਪਲਾਹੀ ਸਾਹਿਬ ਵੱਲੋਂ, ਜਿੱਥੇ ਮੈਂ ਬਹੁਤ ਦਫ਼ਾ ਆਇਆ ਅਤੇ ਬੜਾ ਉਹਨਾਂ ਸਰੋਤਿਆਂ ਨਾਲ, ਨਗਰ ਵਾਲਿਆਂ ਨਾਲ, ਨੌਜਵਾਨਾਂ ਨਾਲ ਮੇਰਾ ਬੜਾ ਪਿਆਰ ਹੈ। ਪਿਛਲੇ ਦਿਨਾਂ ਵਿੱਚ ਮੈਂ ਬੜਾ ਬਿਮਾਰ ਰਿਹਾ, ਨਹੀਂ ਆ ਸਕਿਆ ਉਹਨਾਂ ਦੇ ਕਈ ਸਾਰੇ ਸਮਾਗਮਾਂ 'ਤੇ। ਉਹਦੇ ਲਈ ਮੈਂ ਉਹਨਾਂ ਕੋਲੋਂ ਸ਼ਿਮਾ ਵੀ ਮੰਗਦਾ, ਉਹਨਾਂ ਵੱਲੋਂ ਵੀ ਬੇਅੰਤ ਮਾਇਆ 50 ਨੰਬੜੇ ਹਾਜ਼ਰ ਹੋਈ ਹੈ। ਮੈਂ ਉਹਨਾਂ ਦੇ ਇਸ ਹਾਰਦਿਕ ਸੁਨੇਹੇ ਦਾ ਧੰਨਵਾਦ ਕਰਦਾ। ਅੱਜ ਅਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਉਤਸਵ ਦੀ ਯਾਦ ਵਿੱਚ ਇਕੱਤਰ ਹੋਏ ਅਤੇ ਇਹ ਨਗਰ ਮੇਰੇ ਪਿੰਡ ਤੋਂ ਬਹੁਤ ਨੇੜੇ ਪਿੰਡ। ਬਾਬਾ ਬੁੱਢਾ ਸਾਹਿਬ ਦਾ ਵੰਸ਼ ਸਾਡੇ ਉਹਨਾਂ ਪਿੰਡਾਂ ਵਿੱਚ ਦੋ ਥਾਵਾਂ 'ਤੇ ਬਹੁਤ ਹੀ ਵਸੋਂ ਰੱਖਦਾ ਹੈ। ਕੱਥੂ ਨੰਗਲ ਜੋ ਮੇਰੇ ਪਿੰਡ ਤੋਂ 17-4 ਕਿਲੋਮੀਟਰ ਹੈ ਅਤੇ ਰਮਦਾਸ ਇਹ ਕੋਈ 12-14 ਕਿਲੋਮੀਟਰ ਹੋਵੇਗਾ। ਸਾਰੀ ਇਸ ਵੰਸ਼ ਦੀ ਬਰਾਦਰੀ ਉੱਥੇ ਆਬਾਦ ਹੈ। ਬਾਬਾ ਬੁੱਢਾ ਸਾਹਿਬ ਜੀ ਦਾ ਅਲੌਕਿਕ ਜੀਵਨ ਸਿੱਖ ਇਤਿਹਾਸ ਦਾ ਇੱਕ ਮੀਲ ਪੱਥਰ ਹੈ। ਅੱਛਾ ਲਓ ਜੀ, 35 ਮਿੰਟ ਬਚਦੇ ਨੇ, ਇਹਨਾਂ ਵਿੱਚ ਹੀ ਕੁਝ ਕਰ ਲਈਏ। ਤੁਸੀਂ ਸਾਥ ਦਿਓ ਬਹੁਤ ਨਹੀਂ ਤੇ ਥੋੜ੍ਹਾ ਹੀ ਸਹੀ, ਸੁਣਨ ਵਾਲਾ ਤੇ ਥੋੜ੍ਹੀ ਗੱਲ 'ਚ ਵੀ ਬਹੁਤ ਕੁਝ ਪ੍ਰਾਪਤ ਕਰ ਲੈਂਦਾ। ਖੈਰ ਕੋਈ ਇੱਧਰ ਉੱਧਰ ਦੀ ਗੱਲ ਕਰਕੇ ਸਮਾਂ ਅਜਾਈ ਨਾ ਚਲਾ ਜਾਏ।
ਬਾਬਾ ਬੁੱਢਾ ਸਾਹਿਬ ਜੀ ਦੇ ਸੰਬੰਧ ਵਿੱਚ ਕਿ ਉਹਨਾਂ ਨੇ ਬਚਪਨ ਵਿੱਚ ਬਜ਼ੁਰਗੀ ਵਰਗੇ ਖਿਆਲ ਪ੍ਰਗਟ ਕੀਤੇ। ਗੁਰੂ ਬਾਬਾ ਜੀ ਨੇ ਇੱਕ ਵਰਦਾਨ ਉਹਨਾਂ ਨੂੰ ਬਚਪਨ ਵਿੱਚ ਬਖਸ਼ ਦਿੱਤਾ। ਦੂਜਾ ਵਰਦਾਨ ਬਾਬਾ ਬੁੱਢਾ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਨੇ ਉਦੋਂ ਬਖਸ਼ਿਆ ਜਦੋਂ ਉਹਨਾਂ ਨੇ ਭਰੀ ਸੰਗਤ ਵਿੱਚ ਬੈਠ ਕੇ ਗੱਲ ਆਖੀ ਕਿ ਅੱਜ ਨਾਨਕ ਆਤਮ ਰੂਪ ਵਿੱਚ ਲਹਿਣੇ ਵਿੱਚ ਬੈਠੇਗਾ ਅਤੇ ਲਹਿਣਾ ਅੰਗਦ ਦਾ ਰੂਪ ਧਾਰ ਕੇ ਦੂਜਾ ਨਾਨਕ ਹੋਵੇਗਾ। ਉਸ ਵੇਲੇ ਬਾਬਾ ਬੁੱਢਾ ਸਾਹਿਬ ਨੂੰ ਇੱਕ ਬੜਾ ਵੱਡਾ ਵਰਦਾਨ ਦਿੱਤਾ ਇਹ ਕਹਿ ਕੇ ਕਿ ਅੱਜ ਨਾਨਕ ਲਹਿਣੇ ਵਿੱਚ ਬੈਠੇਗਾ। ਇਹ ਗੱਲ ਆਖ ਦਿੱਤੀ ਕਿ ਪ੍ਰਗਟ ਤਾਂ ਹੋਵੇਗਾ ਜੇ ਬਾਬਾ ਬੁੱਢਾ ਸਾਹਿਬ ਅਰਦਾਸ ਕਰਨਗੇ। ਬਾਬਾ ਬੁੱਢਾ ਸਾਹਿਬ ਦੀ ਅਰਦਾਸ ਨੂੰ ਇਹ ਵਰਦਾਨ ਹੈ ਕਿ ਬਾਬਾ ਬੁੱਢਾ ਸਾਹਿਬ ਦੀ ਅਰਦਾਸ ਨਾਲ ਗੁਰੂ ਪ੍ਰਗਟ ਹੁੰਦਾ। ਇਸੇ ਲਈ ਇੱਕ ਪਰੰਪਰਾ ਤੁਰੀ ਆਈ ਹੈ ਕਿ ਜੋ ਗ੍ਰੰਥੀ ਅਰਦਾਸ ਕਰਦਾ ਹੈ ਉਹ ਅਰਦਾਸ ਆਮ ਆਦਮੀ ਦੀ ਨਹੀਂ ਹੋ ਸਕਦੀ, ਕਿਉਂਕਿ ਬਾਬਾ ਬੁੱਢਾ ਸਾਹਿਬ ਸਿੱਖ ਜਗਤ ਦੇ ਪਹਿਲੇ ਬਾਣੀ ਦੇ ਗ੍ਰੰਥੀ ਵੀ ਨੇ। ਉਹਨਾਂ ਨੇ ਇਹ ਵਰਦਾਨ ਸਤਿਗੁਰਾਂ ਪਾਸੋਂ ਕਈ ਵਾਰ ਪ੍ਰਾਪਤ ਕੀਤਾ। ਪਹਿਲੀ ਵਾਰ ਤੇ ਵਰਦਾਨ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤਾ, ਦੂਜੀ ਵਾਰੀ ਪੰਚਮ ਪਾਤਸ਼ਾਹ ਨੇ ਵਰਦਾਨ ਬਖਸ਼ਿਸ਼ ਕੀਤਾ। ਇਹ ਬੜੀ ਪ੍ਰਸਿੱਧ ਕਹਾਣੀ ਹੈ ਅਤੇ ਬੜੀ ਵਾਰੀ ਅਸੀਂ ਸੁਣੀ ਅਤੇ ਬੜੀ ਵਾਰੀ ਸੁਣਾਈ। ਥੋੜ੍ਹਾ ਜਿਹਾ ਰਹੱਸ ਹੈ ਇਸ ਵਿੱਚੋਂ ਮੈਂ ਕਹਿ ਕੇ ਅੱਗੇ ਜਾਣਾ ਚਾਹੁੰਦਾ। ਅਸੀਂ ਇਸ ਗੱਲ 'ਤੇ ਜ਼ੋਰ ਦੇਣੇ ਕਿ ਬਾਬਾ ਬੁੱਢਾ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਦੀ ਅਰਦਾਸ ਕੀਤੀ। ਇਸ ਨੂੰ ਜੇ ਅਸੀਂ ਬਹੁਤੀ ਬਾਰੀਕੀ ਨਾਲ ਲਈਏ ਤਾਂ ਇਹ ਕਹਾਂਗੇ ਅਤੇ ਕਿਹਾ ਵੀ ਜਾਂਦਾ ਬ੍ਰਹਮ ਗਿਆਨੀ ਪੰਚਮ ਪਾਤਸ਼ਾਹ ਦੀ ਮੌਜੂਦਗੀ ਵਿੱਚ ਵਰਦਾਨ ਨਹੀਂ ਦੇ ਸਕਦੇ, ਪੈਸੀ ਭੁੱਲ ਕਦੇ ਨਹੀਂ ਕਰਨਗੇ। ਵਰਦਾਨ ਪੰਚਮ ਪਾਤਸ਼ਾਹ ਨੇ ਦਿੱਤਾ ਹੈ, ਸਾਡੀ ਸਮਝ ਵਿੱਚ ਨਹੀਂ ਆਇਆ। ਪਹਿਲੇ ਦਿਨ ਜਗਤ ਮਾਤ ਗੰਗਾ ਗਏ ਨੇ, ਥੋੜ੍ਹਾ ਜਿਹਾ ਧਿਆਨ ਇੱਕ ਦੋ ਮਿੰਟ ਮੰਗਾਂਗਾ ਤੁਹਾਡਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਅੰਤਸ਼ਕਰਨ 'ਚੋਂ ਹੁਣੇ ਮੁਸਕੀਨ ਜੀ ਦੱਸ ਰਹੇ ਸਨ ਕਿ ਨਜ਼ਰ ਦੀ ਬੋਲੀ ਬੜੀ ਦੂਰ ਜਾਂਦੀ ਹੈ, ਪਕੜ ਬੜੀ ਦੂਰ ਜਾਂਦੀ ਹੈ ਔਰ ਇਸ 'ਤੇ ਪਾਬੰਦੀ ਵੀ ਕੋਈ ਨਹੀਂ, ਪਰ ਇਸ ਤੋਂ ਅਗੇਰੇ ਇੱਕ ਹੋਰ ਪਕੜ ਹੈ, ਇੱਕ ਹੋਰ ਕ੍ਰਿਸ਼ਮਾ ਹੈ ਜੋ ਦਿਲ ਦੀ ਗੱਲ ਸਮੁੰਦਰਾਂ ਤੋਂ ਪਾਰ ਵੀ ਚਲੀ ਜਾਂਦੀ, ਬੋਲਣ ਤੋਂ ਬਿਨਾਂ, ਵੇਖਣ ਤੋਂ ਬਿਨਾਂ। ਇਹ ਅਧਿਆਤਮਕਵਾਦੀਆਂ ਦੇ ਹਿੱਸੇ ਆਈਏ ਜਾਂ ਮੁਹੱਬਤ ਵਾਲਿਆਂ ਦੇ ਹਿੱਸੇ ਆਈਏ। ਸਤਿਗੁਰੂ ਪੰਚਮ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਦਿਨ ਹੁਕਮ ਲਾ ਰੱਖਿਆ ਅਰਦਾਸ ਨਹੀਂ ਕਰਨਾ। ਗੰਗਾ ਗੁਰੂ ਪਤਨੀ ਹੋਣ ਦਾ ਅਭਿਮਾਨ ਲੈ ਕੇ ਆ ਰਹੀ ਹੈ। ਸਤਿਗੁਰੂ ਦੀ ਬਾਣੀ ਕਹਿੰਦੀ ਹਰ ਜੀਉ ਹੰਕਾਰ ਨਾ ਪਾਵੇ। ਜਗਤ ਮਾਤ ਗੰਗਾ ਨੇ ਪਰਤ ਕੇ ਆ ਕੇ ਬੜਾ ਰੋ ਕੇ ਆਖਿਆ ਇਹ ਕੀ ਕੌਤਕ ਰਚਾਇਆ ਜੇ, ਇੱਧਰੋਂ ਬਾਬਾ ਬੁੱਢਾ ਸਾਹਿਬ ਕੋਲੋਂ ਅਰਦਾਸ ਕਰਾਉਣ ਭੇਜ ਦਿੱਤਾ, ਉੱਧਰ ਉਹਨਾਂ ਨੂੰ ਹੁਕਮ ਲਾ ਦਿੱਤਾ ਜੇ ਅਰਦਾਸ ਨਾ ਕਰੀਏ। ਸਤਿਗੁਰੂ ਕਹਿਣ ਲੱਗੇ ਹਾਂ, ਕਿਉਂ ਐਸਾ ਹੋਇਆ? ਇਸ ਲਈ ਹੋਇਆ ਕਿ ਤੁਸੀਂ ਆਪਣੇ ਆਪ ਮਨ ਅੰਦਰ ਗੁਰੂ ਪਤਨੀ ਹੋਣ ਦਾ ਅਭਿਮਾਨ ਲੈ ਕੇ ਜਾ ਰਹੇ ਸੋ। ਸਤਿਗੁਰੂ ਪੰਚਮ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ ਗੰਗਾ ਕੱਲ੍ਹ ਫਿਰ ਜਾ, ਚਾਟੀ ਲੱਸੀ ਦੀ ਸਿਰ 'ਤੇ ਰੱਖ, ਮਿੱਸੀਆਂ ਰੋਟੀਆਂ ਪਕਾ। ਸ਼ਾਇਦ ਅੱਜ ਦਾ ਯੁੱਗ ਹੁੰਦਾ ਤਾਂ ਉਹ ਕਹਿੰਦੇ ਕਣਕ ਦੀ ਰੋਟੀ ਪਕਾ ਤਾ, ਛੋਲੇ 14 ਰੁਪਈਏ ਕਿਲੋ ਨੇ, ਕਣਕ 4-5 ਰੁਪਈਏ ਕਿਲੋ। ਉਸ ਵੇਲੇ ਛੋਲਿਆਂ ਦਾ ਕੋਈ ਭਾਅ ਨਹੀਂ ਸੀ। ਸਤਿਗੁਰੂ ਮਹਾਰਾਜ ਨੇ ਸਾਦਗੀ ਦੀ ਗੱਲ ਕੀਤੀ, ਗਰੀਬੀ ਦੀ ਗੱਲ ਕੀਤੀ। ਉਹਨਾਂ ਆਖਿਆ ਮਿੱਸੀ ਰੋਟੀ ਲੈ ਜਾਓ, ਗੰਢੇ ਲੈ ਜਾਓ ਨਾਲ, ਜੋ ਹਰ ਗਰੀਬ ਨੂੰ ਵੀ ਪ੍ਰਾਪਤ ਹੋ ਸਕਦੇ ਨੇ, ਅਚਾਰ ਲੈ ਜਾਓ ਅਤੇ ਜਦੋਂ ਜਾਓਗੇ ਬਾਬਾ ਬੁੱਢਾ ਸਾਹਿਬ ਅਰਦਾਸ ਕਰ ਦੇਣਗੇ, ਤੁਹਾਡੇ ਘਰ ਪੁੱਤਰ ਹੋਵੇਗਾ। ਲਓ ਵਰਦਾਨ ਤਾਂ ਦੇ ਦਿੱਤਾ, ਹੋਰ ਕਿਵੇਂ ਦੇਣਾ? ਵਰਦਾਨ ਪੰਚਮ ਪਾਤਸ਼ਾਹ ਨੇ ਦੇ ਦਿੱਤਾ, ਪਰ ਉਹਦੇ ਵਿੱਚ ਸ਼ਰਤ ਬਾਬਾ ਬੁੱਢਾ ਸਾਹਿਬ ਜੀ ਹੈ। ਬਾਬਾ ਬੁੱਢਾ ਸਾਹਿਬ ਕੋਲ ਜਿਸ ਦਿਨ ਦੂਜੇ ਦਿਨ ਜਗਤ ਮਾਤ ਗਏ, ਕਹਿਣ ਲੱਗੇ ਬੜੀ ਭੁੱਖ ਲੱਗੀ ਸੀ, ਬੜਾ ਧਿਆਨ ਰੱਖਿਆ ਜੇ ਆਪਣੇ ਸੇਵਕਾਂ ਦਾ, ਬੱਚਿਆਂ ਦਾ, ਰੋਟੀ ਖਾਣ ਲੱਗੇ, ਕਹਿਣ ਲੱਗੇ ਪੰਚਮ ਪਾਤਸ਼ਾਹ ਦਾ ਹੁਕਮ ਹੋ ਗਿਆ, ਤੁਹਾਡੇ ਘਰ ਸੂਰਮਾ ਬਲੀ ਗੁਰੂ ਪੁੱਤਰ ਪੈਦਾ ਹੋਇਆ। ਪਰ ਜਗਤ ਮਾਤ ਨੂੰ ਬੜੀ ਜੋਦੜੀ ਕਰਕੇ ਬਾਬਾ ਬੁੱਢਾ ਸਾਹਿਬ ਨੇ ਇੱਕ ਗੱਲ ਆਖੀ, ਅੱਜ ਦੇ ਯੁੱਗ ਨਾਲੋਂ ਬਿਲਕੁਲ ਨਵੇਕਲੀ ਗੱਲ ਹੈ। ਅੱਜ ਕੋਈ ਸੰਤ ਅਰਦਾਸ ਕਰਦਾ ਕਿਸੇ ਦੇ ਪੁੱਤਰ ਲਈ, ਉਹ ਨਾਲ ਪਾਬੰਦੀ ਲਗਾ ਦਿੰਦਾ, ਕਹਿੰਦਾ ਇਹਦਾ ਨਾਂ ਮੇਰੇ ਕੋਲੋਂ ਆ ਕੇ ਰਖਾਇਆ। ਬੜੇ ਸਾਰੇ ਸਮਾਗਮ ਬੱਚਿਆਂ ਦੇ ਨਾਂ ਰਖਾਉਣ ਦੇ ਚੱਲ ਪੈਂਦੇ, ਕਾਰਡ ਛਪਦੇ ਨੇ, ਅਖਬਾਰਾਂ 'ਚ ਖਬਰਾਂ ਛਪਦੀਆਂ ਨੇ, ਪਰ ਬਾਬਾ ਬੁੱਢਾ ਸਾਹਿਬ ਨੇ ਐਸੀ ਸ਼ਰਤ ਨਹੀਂ ਲਾਈ ਕੋਈ
ਉਹਨਾਂ ਆਖਿਆ ਵਰਦਾਨ ਤੇ ਪੰਚਮ ਪਾਤਸ਼ਾਹ ਨੇ ਦੇ ਦਿੱਤਾ ਹੈ, ਪਰ ਜਗਤ ਮਾਤ ਮੇਰੀ ਅਰਦਾਸ ਵੀ ਕਰੋ। ਮਾਤਾ ਜੀ ਹੈਰਾਨ ਸਨ ਕਿ ਅਰਦਾਸ ਕਰਾਂ ਬਾਬੇ ਬੁੱਢੇ ਸਾਹਿਬ ਬਾਰੇ, ਚਲੋ ਜੇ ਅਰਦਾਸ ਨਹੀਂ ਕਰਨੀ ਤੇ ਘੱਟੋ ਘੱਟ ਮੇਰੀ ਸਤਿਗੁਰੂ ਅੱਗੇ ਸਿਫਾਰਿਸ਼ ਤੇ ਕਰ ਦਿਓ। ਉਹ ਕਿਹੜੀ ਗੱਲ ਹੈ ਜਿਹੜੀ ਤੁਸੀਂ ਕਹਿਣੀ ਚਾਹੁੰਦੇ ਹੋ? ਜਗਤ ਮਾਤ ਗੰਗਾ ਨੇ ਬਾਬਾ ਬੁੱਢਾ ਸਾਹਿਬ ਨੂੰ ਜਦੋਂ ਦੂਜੀ ਤੀਜੀ ਵਾਰ ਪੁੱਛਿਆ, ਬਾਬਾ ਬੁੱਢਾ ਸਾਹਿਬ ਨੇ ਆਪਣੇ ਮਨ ਦੀ ਗੱਲ ਪ੍ਰਗਟ ਕਰਤਾ। ਜਿਹੜੇ ਗੁਰੂ ਨੇ ਜਨਮ ਲੈਣਾ ਹੈ, ਅਰਦਾਸ ਕਰੋ ਕਿ ਮੇਰਾ ਆਖਰੀ ਦਮ ਉਹਦੀ ਗੋਦ ਵਿੱਚ ਨਿਕਲੇ। ਅੰਦਾਜ਼ਾ ਲਗਾਇਓ ਜਰਾ, ਸ਼ਾਇਦ ਕਿਸੇ ਵੀ ਪੁੱਤਰ ਦੀ ਅਰਦਾਸ ਕਰਨ ਵਾਲੇ ਬੰਦੇ ਨੇ ਕਦੇ ਇਸ ਤਰ੍ਹਾਂ ਨਹੀਂ ਆਖਿਆ, ਭਾਵੇਂ ਉਹ ਕਿੱਡਾ ਵੀ ਭਰਮ ਰਹੇ ਨੇ। ਉਹ ਆਪਣੀ ਮਾਨ ਤਾਂ ਕਦੇ ਨਹੀਂ ਗੁਆਉਂਦਾ। ਜ਼ਿੰਦਗੀ ਦਾ ਆਖਰੀ ਦਮ ਬੜਾ ਕੀਮਤੀ ਹੁੰਦਾ। ਉਹਨੂੰ ਬਾਬਾ ਬੁੱਢਾ ਸਾਹਿਬ ਨੇ ਜਿਸ ਕਦਰ ਸੰਭਾਲਿਆ, ਸ਼ਾਇਦ ਸਾਨੂੰ ਸੰਸਾਰ ਦੇ ਇਤਿਹਾਸ ਵਿੱਚ ਕੋਈ ਹੋਰ ਐਸੀ ਸ਼ਖਸੀਅਤ ਨਾ ਮਿਲਦੀ ਹੋਵੇ ਕਿ ਜਿਹਨੇ ਆਪਣਾ ਜ਼ਿੰਦਗੀ ਦਾ ਆਖਰੀ ਦਮ ਇਸ ਤਰ੍ਹਾਂ ਸੰਭਾਲਿਆ ਹੋਵੇ ਕਿ ਮੇਰਾ ਆਖਰੀ ਦਮ ਸਤਿਗੁਰੂ ਦੀ ਗੋਦ ਵਿੱਚ ਨਿਕਲੇ। ਜਿਹੜੇ ਸਤਿਗੁਰੂ ਨੇ ਅਜੇ ਜਨਮ ਲੈਣਾ ਅਤੇ ਗੁਰੂ ਬਣਨਾ, ਇਹ ਬਾਬਾ ਬੁੱਢਾ ਸਾਹਿਬ ਜੀ ਵਡੱਪਣ ਹੈ ਜਿਸ ਦੀ ਯਾਦ ਵਿੱਚ ਆਪ ਬੈਠੇ ਹੋ। ਉਹਨਾਂ ਨੇ ਗੁਰੂ ਸਾਹਿਬਾਨਾਂ ਨੂੰ ਗੱਦੀ ਦੀ ਰਸਮ ਅਦਾ ਕਰਨ ਦਾ ਸਾਰਾ ਕੰਮ ਕੀਤਾ, ਛੇ ਪਾਤਸ਼ਾਹੀਆਂ ਤੱਕ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਵਰਦਾਨ ਸੀ ਕਿ ਉਹਨਾਂ ਦੀ ਅਰਦਾਸ ਨਾਲ ਗੁਰੂ ਪ੍ਰਗਟ ਹੋ ਗਏ। ਜਦੋਂ ਵੀ ਇੱਕ ਗੁਰੂ ਦੂਸਰੇ ਦੀ ਗੱਦੀ 'ਤੇ ਬੈਠਦਾ, ਪਹਿਲਾਂ ਆਪਣਾ ਆਤਮ ਤਬ ਲੈ ਕੇ ਜਦੋਂ ਗੁਰੂ ਦੇ ਅੰਦਰ ਪ੍ਰਵੇਸ਼ ਕਰਦਾ, ਬਾਬਾ ਬੁੱਢਾ ਸਾਹਿਬ ਅਰਦਾਸ ਕਰਦੇ ਨੇ ਪ੍ਰਗਟ ਹੋ ਜਾਂਦਾ। ਆਓ ਯਤਨ ਕਰੀਏ ਕਿ ਅੱਜ ਬਾਬਾ ਬੁੱਢਾ ਸਾਹਿਬ ਦੇ ਜਨਮ ਉਤਸਵ ਦੀ ਯਾਦ ਵਿੱਚ ਲੱਗੇ ਦਰਬਾਰ ਵਿੱਚ ਅਸੀਂ ਵੀ ਅਰਦਾਸ ਕਰੀਏ ਕਿ ਹੇ ਬਾਬਾ ਬੁੱਢਾ ਸਾਹਿਬ, ਸਾਡੇ ਅੰਦਰ ਵੀ ਕੋਈ ਐਸੀ ਸ਼ਕਤੀ ਪੈਦਾ ਕਰ ਕਿ ਸਾਡੀ ਅਰਦਾਸ ਵਿੱਚ ਵੀ ਕੋਈ ਜ਼ਿੰਦਗੀ ਪੈਦਾ ਹੋ ਜਾਏ, ਸਾਡੀ ਅਰਦਾਸ ਵਿੱਚ ਵੀ ਕੋਈ ਐਸੀ ਸ਼ਕਤੀ ਪੈਦਾ ਹੋ ਜਾਏ। ਤੂੰ ਤਾਂ ਅਰਦਾਸ ਨਾਲ ਗੁਰੂ ਪ੍ਰਗਟ ਕਰ ਲੈਂਦਾ ਸੈਂ, ਸਾਡੀ ਅਰਦਾਸ ਨਾਲ ਘੱਟੋ ਘੱਟ ਸਾਡਾ ਕੰਮ ਹੀ ਪ੍ਰਗਟ ਹੋ ਜਾਏਗਾ। ਫਿਰ ਆ ਗਈ ਵਾਰੀ ਛੇਵੇਂ ਪਾਤਸ਼ਾਹ ਦੀ, ਜਿਸ ਦੀ ਬਾਬਤ ਉਹਨਾਂ ਨੇ ਆਖਿਆ ਕਿ ਮੇਰਾ ਆਖਰੀ ਦਮ ਉਹਦੀ ਗੋਦ ਵਿੱਚ ਨਿਕਲੇ। ਪੰਚਮ ਪਾਤਸ਼ਾਹ ਨੇ ਜਹਾਂਗੀਰ ਦੇ ਦਰਬਾਰ ਵਿੱਚ ਜਾਣ ਦੇ ਵਕਤ ਹਰਿਮੰਦਰ ਸਾਹਿਬ ਦੇ ਸਾਹਮਣੇ ਸੰਗਤ ਦੀ ਹਾਜ਼ਰੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ, ਔਰ ਇਹ ਇਤਿਹਾਸ ਵਾਰ ਵਾਰ ਜ਼ਿਕਰ ਕਰਦਾ ਕਿ ਉਹਨਾਂ ਦੇ ਗਾਤਰੇ ਦੋ ਤਲਵਾਰਾਂ ਪੈਦਾਈਆਂ ਨੇ। ਬੜਾ ਅਜੀਬ ਵਾਕਿਆ ਹੈ, ਸਾਰੇ ਸੰਸਾਰ ਦੇ ਇਤਿਹਾਸ ਵਿੱਚ ਕਿਸੇ ਵੀ ਤਲਵਾਰਬਾਜ਼ ਨੇ ਕਦੇ ਤਲਵਾਰ ਸੱਜੇ ਪਾਸੇ ਨਹੀਂ ਹੋਈ, ਭਾਵੇਂ ਕੋਈ ਸ਼ਹਿਜ਼ਾਦਾ ਹੈ ਅਤੇ ਭਾਵੇਂ ਕੋਈ ਜਰਨੈਲ ਹੈ ਅਤੇ ਭਾਵੇਂ ਕੋਈ ਸਿੱਖ ਸਿਪਾਹੀ ਹੈ, ਭਾਵੇਂ ਕੋਈ ਸਿਪਾਹ ਸਲਾਹ ਰਹੇ, ਉਹ ਤਲਵਾਰ ਖੱਬੇ ਪਾਸੇ ਪਹੁੰਚਾ। ਪੰਚਮ ਪਾਤਸ਼ਾਹ ਨੇ ਕੁਝ ਐਸੇ ਸੰਕੇਤ ਦਿੱਤੇ ਜਿਨ੍ਹਾਂ ਨੂੰ ਕੇਵਲ ਬਾਬਾ ਬੁੱਢਾ ਸਾਹਿਬ ਸਮਝ ਸਕੇ। ਉਹਨਾਂ ਨੇ ਇੱਕ ਤਲਵਾਰ ਲਿਆ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਸੱਜੇ ਪਾਸੇ ਪਾ ਦਿੱਤਾ। ਸਿੱਖਾਂ ਦੇ ਅੰਦਰ ਇੱਕ ਸ਼ੱਕ ਪੈਦਾ ਹੋ ਗਿਆ ਕਿ ਬਾਬਾ ਜੀ ਨੂੰ ਭੁਲੇਖਾ ਲੱਗ ਗਿਆ, ਤਲਵਾਰ ਖੱਬੇ ਪਾਸੇ ਪਾਉਣੀ ਸੀ, ਸਾਡਾ ਕਿੰਤੂ ਕਰਨ ਦਾ ਸੁਭਾਅ ਬਣ ਗਿਆ, ਮੁੱਢ ਤੋਂ ਤੁਰਿਆ ਆਉਣਾ, ਅਸੀਂ ਗੁਰੂ ਕਰਨੀ ਉੱਤੇ ਵੀ ਕਿੰਤੂ ਕਰਦੇ, ਸ਼ਾਇਦ ਉਹਦੀ ਗਹਿਰਾਈ ਵਿੱਚ ਜਾਣ ਦਾ ਸੁਭਾਅ ਬਣਾ ਲੈਂਦੇ ਤਾਂ ਬਹੁਤ ਕੁਝ ਸੌਰ ਸਕਦਾ ਸੀ। ਤਦ ਤੱਕ ਬਾਬਾ ਬੁੱਢਾ ਸਾਹਿਬ ਨੇ ਇੱਕ ਤਲਵਾਰ ਹੋਰ ਲਿਆ ਕੇ ਬਾਬਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਖੱਬੇ ਪਾਸੇ ਪਾ ਦਿੱਤੀ ਅਤੇ ਫਿਰ ਹੱਥ ਜੋੜ ਕੇ ਆਗਿਆ ਲਈ ਅਤੇ ਸਿੱਖ ਸੰਗਤ ਨੂੰ ਕਹਿਣ ਲੱਗੇ, ਭਾਈ ਤੁਸੀਂ ਬੜੇ ਹੈਰਾਨ ਹੋ ਕਿ ਮੈਂ ਭੁੱਲ ਕੇ ਸੱਜੇ ਪਾਸੇ ਤਲਵਾਰ ਪਾਈ ਹੈ, ਭੁੱਲ ਕੇ ਨਹੀਂ ਪਾਈ, ਇਹ ਮੈਂ ਆਪਣੇ ਸਤਿਗੁਰੂ ਦੇ ਹੁਕਮ ਦਾ ਸਮਝ ਕੇ ਅਮਲ ਕੀਤਾ, ਇਹ ਤਲਵਾਰ ਪੀਰੀ ਦੀ ਹੈ, ਦੂਜੀ ਤਲਵਾਰ ਮੇਰੀ ਦੀ ਹੈ, ਅੱਜ ਤੱਕ ਬਾਦਸ਼ਾਹਾਂ ਜਰਨੈਲਾਂ ਸਿਪਾਹੀਆਂ ਸਿਪਾਹ ਸਲਾਰਾਂ ਨੇ ਮੇਰੀ ਦੀਆਂ ਤਲਵਾਰਾਂ ਪਹਿਨੀਆਂ ਨੇ, ਪੀਰੀ ਦੀ ਤਲਵਾਰ ਨਹੀਂ ਕਿਸੇ ਪਹਿਨੇ, ਪੀਰੀ ਦੀ ਮਾਲਾ ਤੇ ਭਾਵੇਂ ਕਿਸੇ ਪਹਿਨ ਲਈ। ਫਿਰ ਉਹਨਾਂ ਨੇ ਇੱਕ ਬੜੀ ਅਲੌਕਿਕ ਗੱਲ ਕੀਤੀ, ਉਹਨਾਂ ਆਖਿਆ ਘਬਰਾ ਗਏ ਹੋ ਕਿ ਇਸ ਪਾਸੇ ਤਲਵਾਰ ਕਿਉਂ ਪਾਈ ਗਈ? ਅੱਜ ਇਹ ਦੋ ਤਲਵਾਰਾਂ ਇੱਕ ਗੁਰੂ ਦੇ ਗਾਤਰੇ ਵਿੱਚ ਆਈਆਂ ਨੇ, ਕੱਲ ਇਹ ਦੋਵੇਂ ਤਲਵਾਰਾਂ ਇੱਕ ਮਿਆਨ ਵਿੱਚ ਪੈ ਜਾਣਗੀਆਂ। ਪੰਜਾਬੀ ਦਾ ਮੁਹਾਵਰਾ ਹੈ, ਦੋ ਤਲਵਾਰਾਂ ਇੱਕ ਮਿਆਨ ਵਿੱਚ ਨਹੀਂ ਪੈਂਦੇ। ਪਰ ਵਕਤ ਆਇਆ, ਦੋਹਾਂ ਤਲਵਾਰਾਂ ਨੇ ਪਿਟ ਲਾ ਕੇ ਉਸ ਹੇਮਕੁੰਡ ਦੇ ਤਪਸਵੀ ਨੇ ਉਹ ਮੀਰੀ ਔਰ ਪੀਰੀ ਉਸ ਪਾਣੀ ਵਿੱਚ ਖੋਰ ਕੇ ਅੰਮ੍ਰਿਤ ਤਿਆਰ ਕੀਤਾ। ਇਹ ਅੰਮ੍ਰਿਤ ਆਪਣੇ ਹੱਥ ਕਮਲਾਂ ਨਾਲ ਚੁੱਕ ਕੇ ਜਦੋਂ ਮੁਰਦੇ ਦੇ ਮੂੰਹ ਵਿੱਚ ਪਾਇਆ ਤੇ ਮੁਰਦਾ ਬੋਲ ਉੱਠਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਾਬਾ ਬੁੱਢਾ ਸਾਹਿਬ ਨੇ ਖਾਲਸਾ ਤਬ ਦਾ ਨੀਂਹ ਪੱਥਰ ਵੀ ਰੱਖਿਆ, ਅਰਦਾਸਾਂ ਵੀ ਕੀਤੀਆਂ ਤੇ ਗੁਰੂ ਵੀ ਆਪਣੀਆਂ ਅਰਦਾਸਾਂ ਨਾਲ ਪ੍ਰਗਟ ਕੀਤੇ। ਉਸ ਮੀਰੀ ਪੀਰੀ ਦੇ ਮਾਲਕ ਦੀ
تاریخ وچ اس دی عظمت وچ 417 تہاڈی خدمت حاضر ہے. Thank you.
ਅਵਿੰਦ ਜੀਰੀ ਕਟਵੇ ਪਤਾ ਕੀਤੀਆਂ ਮੀਰੀ ਤੇ ਪੀਰੀ ਕਟਵੇ ਪਤਾ ਕੀਤੀਆਂ ਮੀਰੀ ਤੇ ਪੀਰੀ ਵਿਰਾਸਤ ਏ ਢਾਡੀ ਕਲਾ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦੀ ਅਜ਼ਮਤ ਨੂੰ ਜਾਣਨ ਲਈ ਸਾਡੇ ਕੋਲ ਬਹੁਤ ਲੰਬੀ ਜ਼ਿੰਦਗੀ ਚਾਹੀਦੀ ਹੈ ਕਿ ਜੀਵਨ ਦਾ ਕੰਮ ਨਹੀਂ। ਉਹਨਾਂ ਨੇ ਫਕੀਰੀ ਤੋਂ ਲੈ ਕੇ ਸ਼ਹਿਨਸ਼ਾਹੀਅਤ ਤੱਕ ਹੰਢਾ ਕੇ ਵੇਖਿਆ ਸਭ ਕੁਛ। ਬਚਪਨ ਵਿੱਚ ਧਰੂ ਵਰਗਾ ਸ਼ਾਹਜ਼ਾਦਾ ਸ਼੍ਰੋਮਣੀ ਭਗਤ ਤੇ ਬਣ ਸਕਿਆ ਪਰ ਸ਼੍ਰੋਮਣੀ ਸਿੱਖ ਨਹੀਂ ਸੀ। ਬਚਪਨ ਵਿੱਚ ਬਾਬਾ ਬੁੱਢਾ ਸਾਹਿਬ ਨੇ ਉਹ ਸਿੱਖਿਅਤ ਪ੍ਰਾਪਤ ਗੁਰੂ ਨਾਨਕ ਸਾਹਿਬ ਦੀ ਸੰਗਤ 'ਚੋਂ ਕਰ ਲਈ ਕਿ ਬ੍ਰਹਮ ਅਵਸਥਾ ਵਿੱਚ ਚਲੇ ਗਏ। ਗੱਲ ਤਾਂ ਛੋਟੀ ਜਿਹੀ ਪੁੱਛੀ ਪਰ ਬੱਚੇ ਦੀ ਚੇਤਨਾ ਵਿੱਚ ਇਸ ਗੱਲ ਦਾ ਆ ਜਾਣਾ ਇਹ ਕੋਈ ਮਾਮੂਲੀ ਬਾਤ ਨਹੀਂ, ਬਹੁਤ ਵੱਡੀ ਘਟਨਾ ਸੀ। ਮਰਦਾਨੇ ਨੇ ਗੁਰੂ ਨਾਨਕ ਸਾਹਿਬ ਨੂੰ ਆਖਿਆ ਉਸ ਵੇਲੇ, ਮਹਾਰਾਜ ਬੜੇ ਰੀਝ ਗਏ ਉਹਦੇ ਤੇ, ਤੇ ਪੁਰਾਤਨ ਜੀ ਨੂੰ ਸਾਖੀ ਦਾ ਇੱਕ ਵਾਕ ਹੈ ਛੋਟਾ ਜਿਹਾ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਰਦਾਨੇ ਆ, ਇਸ ਬੱਚੇ ਕੋਲ ਦੀਵਾ ਤੇ ਵੱਟੀ ਤੇ ਤੇਲ ਸਭ ਕੁਛ ਮੌਜੂਦ ਹੈ, ਐਵੇਂ ਜ਼ਰਾ ਜਗਾਉਣ ਦੀ ਗੱਲ ਹੈ ਤੇ ਜਗ ਜਾਏ ਤਾਂ ਇਹ ਰੋਸ਼ਨੀ ਕਰੇਗਾ। ਇਹ ਗੱਲ ਗੁਰੂ ਨਾਨਕ ਸਾਹਿਬ ਜੀ ਦੱਸਦੀ ਹੈ ਕਿ ਬਾਬਾ ਬੁੱਢਾ ਸਾਹਿਬ ਦੇ ਬਚਪਨ ਵਿੱਚ ਉਹਨਾਂ ਦੇ ਪੁਰਾਤਨ ਜਨਮ ਸੰਸਕਾਰਾਂ ਦਾ ਵੀ ਕੋਈ ਮਹਾਨ ਸ਼ਕਤੀ ਦਾ ਕ੍ਰਿਸ਼ਮਾ ਸੀ। ਐਵੇਂ ਹੀ ਉਹਨਾਂ ਦਾ ਮਿਲਾਪ ਗੁਰੂ ਨਾਨਕ ਸਾਹਿਬ ਨਾਲ ਨਹੀਂ ਹੋ ਗਿਆ ਤੇ ਐਵੇਂ ਹੀ ਉਹਨਾਂ ਨੇ ਝੱਟ ਕਰਕੇ ਉਹਨਾਂ ਦੇ ਇੱਕ ਬਚਨ ਦੇ ਬਦਲੇ ਵਿੱਚ ਆਪਣਾ ਸਭ ਕੁਛ ਗੁਰੂ ਨਾਨਕ ਸਾਹਿਬ ਅੱਗੇ ਸਮਰਪਿਤ ਨਹੀਂ ਕਰ ਦਿੱਤਾ। ਕੌਣ ਕਿਸੇ ਨੂੰ ਏਡੀ ਛੇਤੀ ਆਪਣਾ ਦਿਲ ਦਿੰਦਾ ਹੈ, ਕੌਣ ਕੋਈ ਏਡੀ ਛੇਤੀ ਫੈਸਲਾ ਕਰਦਾ ਹੈ ਕਿ ਅੱਜ ਤੋਂ ਮੇਰੀ ਸਾਰੀ ਜ਼ਿੰਦਗੀ ਤੇਰੇ ਹਵਾਲੇ ਹੈ, ਬਾਬਾ ਜੇ ਤੂੰ ਕਹੇ ਤੇ ਜੀਆਂਗਾ ਕਹੇ ਤੇ ਨਹੀਂ ਜੀਆਂਗਾ। ਕੰਮ ਕਰਨਾ ਤਾਂ ਇੱਕ ਪਾਸੇ ਰਿਹਾ, ਬਾਬਾ ਬੁੱਢਾ ਸਾਹਿਬ ਦਾ ਤਾਂ ਜ਼ਿੰਦਗੀ ਗੁਰੂ ਦੇ ਹੁਕਮ ਵਿੱਚ ਜ਼ਿੰਦਗੀ ਗੁਜ਼ਾਰਨੀ, ਬੜੀ ਵੱਡੀ ਤੋਂ ਵੱਡੀ ਭਗਤੀ ਤਾਂ ਬੰਦੇ ਦੀ ਇਹੋ ਹੀ ਹੈ। ਅਸੀਂ ਰੋਜ਼ ਪੜ੍ਹਦੇ ਹਾਂ ਸੁਣਦੇ ਹਾਂ ਕਿ ਸਿਰ ਤਲੀ ਤੇ ਰੱਖ ਕੇ ਬਾਬਾ ਦੀਪ ਸਿੰਘ ਲੜ ਗਿਆ, ਪਰ ਕਦੇ ਸੋਚਿਆ ਨਹੀਂ ਕਿ ਇਹ ਸ਼ਕਤੀ ਉਸਨੇ ਪ੍ਰਾਪਤ ਕਿਵੇਂ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ
ਭਰਿਆ ਦਰਬਾਰ ਹੈ, ਉਹਦੇ ਮਾਤਾ ਪਿਤਾ ਤੇ ਹੋਰ ਸੰਗਤ ਛੁੱਟੀ ਮੰਗ ਰਹੀ ਹੈ, ਘਰਾਂ ਨੂੰ ਜਾਣਾ ਹੈ, ਬੜੇ ਦਿਨ ਸੇਵਾ ਕਰਦਿਆਂ ਹੋ ਗਏ ਨੇ। ਜਦ ਮਾਂ ਨੇ ਛੁੱਟੀ ਲੈ ਲਈ, ਬਾਪ ਨੇ ਛੁੱਟੀ ਲੈ ਲਈ ਤੇ ਦੀਪ ਸਿੰਘ ਚੁੱਪ ਕਰਕੇ ਖੜਾ। ਇਹ ਕੋਈ 18 ਸਾਢੇ 18 ਵਰੇ ਦਾ ਜਵਾਨ ਮੁੰਡਾ ਹੈ। ਸਤਿਗੁਰੂ ਪੁੱਛਦੇ ਨੇ, ਦੀਪ ਸਿੰਘ ਆ ਤੂੰ ਜਾਣਾ ਹੈ ਕਿ ਰਹਿਣਾ ਹੈ, ਤੇਰੇ ਮਾਤਾ ਪਿਤਾ ਛੁੱਟੀ ਲੈ ਗਏ ਨੇ। ਇਹ ਦੀਪ ਸਿੰਘ ਦਾ ਚਿਹਰਾ ਮਾਯੂਸੀ ਚ ਚਲਾ ਗਿਆ। ਸਤਿਗੁਰਾਂ ਫਿਰ ਪੁੱਛਿਆ, ਬੜੇ ਧੀਰਜ ਨਾਲ ਕਹਿਣ ਲੱਗਾ, ਹਜ਼ੂਰ ਮਜ਼ਾਕ ਤੇ ਨਹੀਂ ਕਰਨਾ? ਸਤਿਗੁਰ ਆਖਿਆ, ਕਿਉਂ? ਮੈਂ ਮਜ਼ਾਕ ਨਹੀਂ ਕਰ ਰਿਹਾ, ਤੈਨੂੰ ਪੁੱਛ ਰਿਹਾ ਵੀ ਤੂੰ ਜਾਣਾ ਕਿ ਰਹਿਣਾ। ਬਾਬਾ ਦੀਪ ਸਿੰਘ ਕਹਿਣ ਲੱਗੇ, ਜਦੋਂ ਤੁਸੀਂ ਅੰਮ੍ਰਿਤ ਪਾਨ ਕਰਵਾਇਆ ਸੀ ਉਹ ਗੱਲ ਤੁਹਾਨੂੰ ਵੀ ਯਾਦ ਹੈ ਤੇ ਮੈਨੂੰ ਵੀ ਯਾਦ ਹੈ। ਤੁਸੀਂ ਆਖਿਆ ਸੀ ਇਹ ਸਿਰ ਅੱਜ ਤੋਂ ਮੇਰਾ, ਮੈਂ ਤੇ ਸਿਰ ਤੁਹਾਨੂੰ ਦੇ ਦਿੱਤਾ, ਤੇ ਸਿਰ ਚੋਂ ਸੋਚ ਕੇ ਕੀ ਦੱਸਾਂ ਮੈਂ ਜਾਣਾ ਕਿ ਰਹਿਣਾ? ਇਹ ਤੇ ਤੁਹਾਡੇ ਤੇ ਨਿਰਭਰ ਕਰਦਾ ਹੈ ਮੇਰਾ ਜਾਣਾ ਤੇ ਰਹਿਣਾ। ਮੈਂ ਤੇ ਸਭ ਕੁਛ ਤੁਹਾਡੇ ਚਰਨਾਂ ਤੇ ਅਰਪਿਤ ਕਰ ਦਿੱਤਾ। ਸਤਿਗੁਰਾਂ ਨੇ ਛਾਤੀ ਨਾਲ ਲਾ ਲਿਆ। ਉਹਨਾਂ ਆਖਿਆ, ਬਸ ਘਟਨਾ ਵਾਪਰ ਗਈ ਦੀਪ ਸਿੰਘ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਛਾਤੀ ਨਾਲ ਲੱਗਦਿਆਂ ਹੀ ਦੀਪ ਸਿੰਘ ਦੇ ਅੰਦਰ ਜੋ ਕਰਾਮਾਤ ਆਈ ਉਸਨੂੰ ਦੱਸਣਾ ਬੜਾ ਔਖਾ ਹੈ। ਸਾਡੇ ਦੇਸ਼ ਦਾ ਇੱਕ ਬੜਾ ਵੱਡਾ ਮਹਾਂਪੁਰਸ਼ ਹੋਇਆ ਸਵਾਮੀ ਵਿਵੇਕਾਨੰਦ। ਇਹ ਰਾਮਕ੍ਰਿਸ਼ਨ ਦਾ ਚੇਲਾ ਸੀ। ਜਦੋਂ ਇਹ ਕਾਲਜ 'ਚ ਪੜ੍ਹਦਾ ਰਾਮਕ੍ਰਿਸ਼ਨ ਕੋਲ ਗਿਆ ਤੇ ਬੜਾ ਤਰਕਸ਼ੀਲੀ ਸੀ। ਇਹਨੇ ਇੱਕ ਸਵਾਲ ਕਰਤਾ, ਕਹਿੰਦਾ, ਸਵਾਮੀ ਜੀ ਆਪਨੇ ਕਦੀ ਪਰਮੇਸ਼ਰ ਕੋ ਦੇਖਾ ਹੈ? ਪਰ ਜਿਹਨੂੰ ਇਹ ਪੁੱਛ ਰਿਹਾ ਸੀ ਉਹ ਵੀ ਬੜਾ ਪਹੁੰਚਿਆ ਸੀ, ਉਹਨੇ ਆਖਿਆ ਦੇਖਾ ਹੈ। ਵਿਵੇਕਾਨੰਦ ਕਹਿੰਦਾ, ਕੈਸੇ ਦੇਖਾ? ਸਵਾਮੀ ਰਾਮਕ੍ਰਿਸ਼ਨ ਕਹਿਣ ਲੱਗੇ, ਜੈਸੇ ਇਸ ਦੀਵਾਰ ਪਰ ਤੁਮਕੋ ਦੇਖ ਰਿਹਾ ਹੋ। ਵਿਵੇਕਾਨੰਦ ਕਹਿੰਦਾ, ਮੈਨੂੰ ਵਿਖਾ ਸਕਦੇ ਹੋ? ਉਹਨੇ ਆਖਿਆ, ਹਾਂ ਦਿਖਾ ਸਕਦਾ ਹੋ। ਕਹਿੰਦੇ ਨੇ ਰਾਮਕ੍ਰਿਸ਼ਨ ਨੇ ਆਪਣੀ ਗਲਵਕੜੀ ਵਿੱਚ ਵਿਵੇਕਾਨੰਦ ਨੂੰ ਲਿਆ ਤੇ ਬਸ ਇੱਕ ਵਾਰੀ ਘੁੱਟ ਦੇ ਕੇ ਛੱਡਿਆ ਤੇ ਬੇਹੋਸ਼ ਹੋ ਕੇ ਡਿੱਗ ਪਿਆ। ਜਦੋਂ ਹੋਸ਼ ਵਿੱਚ ਲਿਆਉਣ ਲੱਗੇ, ਕਹਿਣ ਲੱਗਾ, ਇੱਥੇ ਹੀ ਰਹਿਣ ਦਿਓ। ਸਵਾਮੀ ਰਾਮਕ੍ਰਿਸ਼ਨ ਕਹਿਣ ਲੱਗੇ, ਤੇ ਮੇਰੀ ਕਮਾਈ ਹੈ ਨਾ, ਇਤਨਾ ਨਹੀਂ ਮੈਂ ਵੰਡਦਾ, ਹੁਣ ਇਸ ਤੋਂ ਅੱਗੇ ਤੂੰ ਆਪ ਆਪਣੀ ਕਮਾਈ ਕਰਨੀ। ਬਾਬਾ ਦੀਪ ਸਿੰਘ ਨੂੰ ਗਲਵਕੜੀ ਵਿੱਚ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਬਖਸ਼ਿਸ਼ਾਂ ਦੇ ਦਿੱਤੀਆਂ ਉਸ ਦਾ ਕੋਈ ਅੰਦਾਜ਼ਾ ਲਗਾਉਣਾ ਬੜਾ ਔਖਾ ਹੈ। ਲੰਗਰ ਵਿੱਚ ਭਾਂਡੇ ਮਾਂਜਦਾ ਵੀ ਵਾਰ ਵਾਰ ਇੱਕ ਲੋਹੇ ਦਾ ਬਾਟਾ ਮਾਂਜੀ ਜਾ ਰਿਹਾ ਸੀ ਤੇ ਸਤਿਗੁਰਾਂ ਨੇ ਪਿੱਛੇ ਖਲੋਤਿਆਂ ਵੇਖ ਕੇ ਪੁੱਛਿਆ, ਕੀ ਵੇਖ ਰਿਹਾ? ਕਹਿਣ ਲੱਗਾ, ਇਸ ਬਾਟੇ 'ਚੋਂ ਅਜੇ ਮੈਨੂੰ ਆਪਣੀ ਤਸਵੀਰ ਦਿਸਦੀ, ਪਰ ਲਿਸ਼ਕ ਜੂ ਗਿਆ ਹੈ ਤੇ ਤੂੰ ਵੇਖਣਾ ਤੇ ਤੈਨੂੰ ਤਸਵੀਰ ਤੇ ਦਿਸਣੀ ਹੈ। ਕਹਿੰਦਾ, ਨਹੀਂ, ਤਦੋਂ ਤੱਕ ਮਾਂਜਾਂਗਾ ਜਦੋਂ ਤੱਕ ਮੈਨੂੰ ਇਸ ਬਾਟੇ 'ਚ ਤੁਹਾਡੀ ਤਸਵੀਰ ਨਜ਼ਰ ਨਹੀਂ ਆਉਂਦੀ। ਫਰਕ ਇਤਨਾ ਹੀ ਹੈ। ਇਵੇਂ ਬਾਬਾ ਬੁੱਢਾ ਸਾਹਿਬ ਦੇ ਜੀਵਨ ਵਿੱਚ ਘਟਨਾ ਘਟੀ ਸੀ। ਬਾਬਾ ਦੀਪ ਸਿੰਘ ਨੂੰ ਵੀ ਛਾਤੀ ਨਾਲ ਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਮੰਗ ਜੋ ਤੇਰਾ ਜੀ ਕਰਦਾ। ਉਹਨੇ ਆਖਿਆ, ਜੇ ਮੇਰੀ ਮਰਜ਼ੀ ਨਾਲ ਕੁਝ ਦੇਣਾ ਤੇ ਮੇਰੀ ਮੌਤ ਸਵਾਰ ਦਿਓ। ਬਾਬਾ ਬੁੱਢਾ ਸਾਹਿਬ ਨੇ ਵੀ ਆਖਿਆ ਸੀ, ਮੇਰਾ ਆਖਰੀ ਦਮ ਉਸ ਗੁਰੂ ਦੀ ਗੋਦੀ ਵਿੱਚ ਨਿਕਲੇ। ਬਾਬਾ ਦੀਪ ਸਿੰਘ ਨੇ ਆਖਿਆ, ਮੇਰਾ ਆਖਰੀ ਦਮ ਧਰਮ ਯੁੱਧ ਵਿੱਚ ਨਿਕਲੇ। ਸਤਿਗੁਰਾਂ ਨੇ ਜੋ ਵਰਦਾਨ ਦਿੱਤੇ ਹੋ ਇਹਨਾਂ 4 ਪੰਕਤੀਆਂ ਵਿੱਚ ਤੁਹਾਡੀ ਖਿਦਮਤ ਹਾਜ਼ਰ। ਵਿਰਾਸਤ ਏ ਤੁਹਾਡੀ ਕਲਾ। ਆਪ ਸੀ ਕਾ ਪੁੱਤਰਾ ਦੇ ਦਾਨੀ,
ਜਾ ਸਕੇ ਨੇ ਮੈਂ ਸੁਣਾ ਕੁਛ ਨਹੀਂ ਸਕੇ ਇਹਦੇ ਲਈ ਸ਼ਿਮਾ ਮੰਗਦਾ ਹਾਂ ਉਧਾਰ ਦਿਆ ਫਿਰ ਸਹੀ ਕਦੇ ਜੇ ਸਮਾਂ ਇਜਾਜ਼ਤ ਦੇਵੇਗਾ ਤੇ ਬਾਬਾ ਬੁੱਢਾ ਸਾਹਿਬ ਦੇ ਬਾਰੇ ਵਿੱਚ ਕਿ ਅਸੀਂ ਇਤਿਹਾਸ ਉਹਨਾਂ ਦਾ ਆਪਣੀ ਨਜ਼ਰ 'ਚੋਂ ਦੁਹਰਾਈਏ ਅਤੇ ਫਿਰ ਉਸ ਮੁਹੱਬਤ ਨਾਲ ਵੇਖੀਏ ਸ਼ਾਇਦ ਕੋਈ ਘਟਨਾ ਘਟ ਜਾਏ ਹਮੇ ਇਤਨਾ ਯਾਦ ਹੈ ਹਮੇ ਇਤਨਾ ਯਾਦ ਹੈ ਯਹਾਂ ਸੇ ਗੁਜ਼ਰਾ ਥਾ ਕੋਈ ਉਸਕੇ ਬਾਅਦ ਜੋ ਹਮ ਪੇ ਗੁਜ਼ਰੀ ਉਹ ਹਮਕੋ ਯਾਦ ਨਹੀਂ ਜੇ ਤਾਂ ਗੱਲ ਇਸ ਤਰ੍ਹਾਂ ਦੀ ਕਦੇ ਬਣ ਜਾਏ ਕਿ ਫਿਰ ਉਸ ਤੋਂ ਬਾਅਦ ਬੰਦਾ ਹੋਸ਼ ਵਿੱਚ ਨਾ ਆ ਸਕੇ ਮਨਸੂਰ ਨੂੰ ਸ਼ਿਬਲੀ ਨੇ ਆਖਿਆ ਸੀ ਕਿ ਤੂੰ ਕਹਿ ਰਿਹਾ ਮੈਂ ਰੱਬ ਹਾਂ ਰੱਬ ਕੌਣ ਨਹੀਂ ਜਦੇ ਜਦੇ 'ਚ ਸਮਾਇਆ ਪਿਆ ਹੈ ਰੱਬ ਤੋ ਉਹ ਕਹਿੰਦਾ ਸ਼ਿਬਲੀ ਨੇ ਮਨਸੂਰ ਸੇ ਕਹਾ ਜ਼ਰਾ ਹੋਸ਼ ਮੇ ਆਓ ਉਹਨੇ ਆਖਿਆ ਹੋਸ਼ਦਾਰ ਕਿਹਨੂੰ ਕਹਿ ਰਹੇ ਮਨਸੂਰ ਨੇ ਸ਼ਿਬਲੀ ਸੇ ਕਹਾ ਹੋਸ਼ ਮੇ ਹੂੰ ਮਗਰ ਆ ਨਹੀਂ ਸਕਤਾ ਮੈਂ ਜਿੱਥੇ ਜਾ ਪਹੁੰਚਿਆ ਉੱਥੋਂ ਪਰਤ ਕੇ ਨਹੀਂ ਆ ਸਕਦਾ ਪਰ ਇਹ ਮਤ ਸੋਚ ਕੇ ਮੈਂ ਖੁਸ਼ੀ ਵਿੱਚ ਆ ਸਾਨੂੰ ਭੁਲੇਖਾ ਜਾਪਦਾ ਸੀ ਵੀ ਬਾਬੇ ਬੁੱਢੇ ਸਾਹਿਬ ਨੂੰ ਭੁਲੇਖਾ ਲੱਗ ਰਿਹਾ ਬਾਬਾ ਬੁੱਢਾ ਸਾਹਿਬ ਮੁਹੱਬਤ ਦੀ ਉਸ ਦੁਨੀਆਂ ਵਿੱਚ ਜਾ ਵਸੇ ਸਨ ਕਿ ਜਿਸ ਮੁਹੱਬਤ ਦੇ ਬਾਰੇ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਸਾਧ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਤੇ ਫਿਰ ਉਸ ਗੁਰੂ ਦੀ ਗਲੀ ਵਿੱਚ ਬਾਬਾ ਬੁੱਢਾ ਸਾਹਿਬ ਨੇ ਕਦਮ ਰੱਖੇ ਜਿਹਨਾਂ ਆਪਣੀ ਬਾਣੀ ਵਿੱਚ ਇਹ ਗੱਲ ਕਹਿ ਕੇ ਸਿੱਖ ਨੂੰ ਮੰਗਾਰਿਆ ਜਾਓ ਤੋ ਪ੍ਰੇਮ ਖੇਲ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤਮਾਦ ਪੈਰ ਧਰੀਜੇ ਸਿਰ ਦੀਜੇ ਕਾਣ ਨਾ ਕੀਜੇ ਬੇਨਤੀਆਂ ਕਰਦਿਆਂ ਹੋਈਆਂ ਫੁੱਲਾਂ ਦੀ ਖਿਮਾ ਮੰਗਦਾ ਹਾਂ ਬੇਅੰਤ ਮਾਇਆ ਹਾਜ਼ਰ ਹੋਈ ਹੈ ਤੁਹਾਡੀ ਜ਼ਰਾ ਨਵਾਜ਼ੀ ਦਾ ਤੁਹਾਡੇ ਹਾਰਦਿਕ ਸੁਨੇਹ ਦਾ ਮੈਂ ਧੰਨਵਾਦ ਹੈ ਸਤਿਗੁਰੂ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਚੜ੍ਹਦੀ ਕਲਾ ਬਖਸ਼ਣ ਲਓ ਫਤਿਹ ਬੁਲਾਓ ਆ ਗਿਆ ਜੋ ਪਰ ਕੋਈ ਛੇਤੀ ਨਾਲ ਭੱਜ ਕੇ ਜਾਣ ਦੀ ਕੋਸ਼ਿਸ਼ ਨਾ ਕਰਿਓ ਐਵੇਂ ਸਾਨੂੰ ਭੁਲੇਖਾ ਜੀ ਸਾਡੇ ਕੋਲ ਕੋਈ ਪਰਮਿਟ ਤਾਂ ਨਹੀਂ ਸੀ ਕਿ ਇੰਨੇ ਵੱਜ ਕੇ ਇੰਨੇ ਮਿੰਟ ਹੋ ਜਾਣਗੇ ਅਤੇ ਅਸੀਂ ਦੁਨੀਆਂ 'ਚ ਆਉਣਾ
ਜੇ ਕਿਤੇ ਦੋ ਚਾਰ ਮਿੰਟ ਪਿੱਛੋਂ ਜਾ ਪਏ ਤੇ ਫਿਰ ਕਿਹੜਾ ਰੱਬ ਨੂੰ ਅਸੀਂ ਕੋਈ ਕਲੇਮ ਕਰ ਲੈਣਾ। ਪੰਜ ਸੱਤ ਮਿੰਟ ਹੋਰ ਲੱਗ ਜਾਣਗੇ, ਹਾਜ਼ਰੀ ਲਵਾ ਕੇ ਜਾਣ ਦੀ ਕੋਸ਼ਿਸ਼ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।